ਜੋ ਹੁਣ ਅਫਵਾਹਾਂ ਉਡਾਉਂਦੇ ਹੈਗੇ ਆ ਕਹਿੰਦੇ ਆ ਉਹਨਾਂ ਬਾਰੇ ਇਹ ਜ਼ਰੂਰ ਸਾਨੂੰ ਗੱਲਬਾਤ ਕਰਨਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਸਾਰੇ ਪ੍ਰੈਸ ਦੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਖਾਸ ਕਰਕੇ ਜਿਹੜੀ ਬੀਬੀ ਅਕਾਲੀ ਦਲ ਦੀ ਉਮੀਦਵਾਰ ਹੈ, ਕਹਿੰਦੇ ਇਹ ਬੰਦੀ ਸਿੰਘ ਦੀ ਭੈਣ ਹੈ। ਪਹਿਲੀ ਗੱਲ ਤਾਂ ਉਹਦੀ ਰੀਅਲ ਸਿਸਟਰ ਨਹੀਂ ਹੈ, ਇਹਦਾ ਬੀਬੀ ਜੀ ਦਾ ਪਿੰਡ ਹੈਗਾ ਪਿਪਲੀ, ਬਠਿੰਡੇ ਜ਼ਿਲ੍ਹੇ 'ਚ ਪੈਂਦਾ ਹੈ, ਰਾਮਪੁਰੇ ਤੋਂ ਪਰਲੇ ਪਾਸੇ ਹੈ। ਅਤੇ ਰਾਜੂਆਣਾ ਸਾਹਿਬ ਦਾ ਪਿੰਡ ਪੈਂਦਾ ਹੈ ਲੁਧਿਆਣੇ ਜ਼ਿਲ੍ਹੇ 'ਚ, ਰਾਏਕੋਟ ਤਹਿਸੀਲ 'ਚ। ਇੱਕ ਤਾਂ ਇਹ ਮਸਲਾ ਹੈ। ਦੂਜਾ ਇਹ ਹੈ ਵੀ ਮਾਨ ਸਾਹਿਬ ਨੂੰ ਜਦੋਂ ਰਾਜੂਆਣਾ ਸਾਹਿਬ ਨੂੰ ਫਾਂਸੀ ਹੋਈ ਹੈ, ਫਾਂਸੀ ਵਾਲੀ ਸਜ਼ਾ ਰਾਤ ਨੂੰ ਮਾਫ਼ ਹੁੰਦੀ ਹੈ। ਉਦੋਂ ਇੱਕ ਦਿਨ ਪਹਿਲਾਂ ਅਸੀਂ ਮਾਰਚ ਰੱਖਿਆ ਸੀਗਾ ਤਲਵੰਡੀ ਸਾਬੋ ਤੋਂ ਪਟਿਆਲੇ ਤੱਕ, ਦੁੱਖ ਨਿਵਾਰਨ ਗੁਰਦੁਆਰੇ ਤੱਕ ਜਾਂ ਪਟਿਆਲੇ ਜੇਲ੍ਹ ਤੱਕ। ਉਹਦੇ ਮਾਨ ਸਾਹਿਬ ਨੇ ਦਮਦਮਾ ਸਾਹਿਬ ਪਹੁੰਚਣਾ ਸੀ, ਸੁਖਬੀਰ ਸਿੰਘ ਬਾਦਲ ਬਾਦਲ ਨੇ ਅਤੇ ਸਮੇਰ ਸੈਣੀ ਡੀ ਜੀ ਪੀ ਸੀ ਉਦੋਂ, ਉਹਨਾਂ ਨੇ ਮਾਨ ਸਾਹਿਬ ਨੂੰ ਅਰੈਸਟ ਕਰ ਲਿਆ ਸੀਗਾ ਡੁੰਮ ਵਾਲੀ ਬੈਰੀਅਰ 'ਤੇ। ਉਹ ਰਾਜਸਥਾਨ ਤੋਂ ਆ ਰਹੇ ਸੀਗੇ, ਉਹਨਾਂ ਨੇ ਦਮਦਮਾ ਸਾਹਿਬ ਪਹੁੰਚਣਾ ਸੀ, ਉਹਨਾਂ ਨੇ ਡੁੰਮ ਵਾਲੀ ਬੈਰੀਅਰ 'ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਅਤੇ ਦਾਸ ਨੂੰ ਵੀ ਦਮਦਮਾ ਸਾਹਿਬ, ਕਿਉਂਕਿ ਜਿਹੜਾ ਇਹ ਮਾਰਚ ਸੀਗਾ ਉਹ ਆਪਣੇ ਮਾਲਵੇ ਤੋਂ ਚੱਲਣਾ ਸੀ, ਇਹਦਾ ਪ੍ਰਬੰਧ ਸਾਡੇ ਕੋਲ ਸੀਗਾ। ਉਹ ਰਾਤ ਸਾਨੂੰ ਰਾਤ ਨੂੰ 9 ਵਜੇ ਬਠਿੰਡੇ ਦੀ ਪੁਲਿਸ ਨੇ ਅਰੈਸਟ ਕਰ ਲਿਆ, ਸਾਨੂੰ ਦੂਜੇ ਦਿਨ ਸ਼ਾਮ ਤੱਕ ਬੰਦੀ ਬਣਾ ਕੇ ਰੱਖਿਆ। ਮਾਨ ਸਾਹਿਬ ਦੀ ਅਗਲੇ ਦਿਨ ਹਾਈਕੋਰਟ ਵੱਲੋਂ ਬੇਲ ਹੋ ਜਾਂਦੀ ਹੈ, ਅਤੇ ਬੇਲ ਤੋਂ ਬਾਅਦ ਜਦੋਂ ਮਾਨ ਸਾਹਿਬ ਸਮਾਨ ਬੰਨ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਬਠਿੰਡਾ ਪੁਲਿਸ ਵੱਲੋਂ ਇੱਕ ਹੋਰ ਕੇਸ ਪਾ ਦਿੰਦੇ ਹੈ, ਕਿਉਂਕਿ ਇਹਨੂੰ ਕਹਿੰਦੇ ਵੀ ਅਜੇ ਸੈਣੀ ਕਹਿੰਦਾ ਵੀ ਇਹਨੂੰ ਬੰਦ ਹੀ ਰੱਖੋ। ਇਸ ਕਰਕੇ ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਰਾਜੂਆਣਾ ਸਾਹਿਬ ਦੀ ਜਦੋਂ ਫਾਂਸੀ ਦੀ ਸਜ਼ਾ ਹੋਈ ਹੈ ਉਦੋਂ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਫਾਂਸੀ ਨੂੰ ਰੱਦ ਕਰਵਾਉਣ ਵਾਸਤੇ ਜਾਂਦੇ ਸੀ ਉਹਨਾਂ ਦੇ ਕੇਸ ਰਜਿਸਟਰਡ ਕਰਤੇ ਸੀ। ਇਹ ਨਕਲੀ ਏਜੰਸੀ ਹੈ, ਡਬਲ ਰੋਲ ਹੈ ਸਾਰਾ। ਇਹ ਮੈਂ ਇਹਦੇ ਬਾਰੇ ਦੱਸਦਾ ਜੀ, ਜਿਹੜਾ ਹੁਣ ਅਕਾਲੀ ਦਲ ਨੇ ਇਸ ਮੁੱਦੇ ਅਧੀਨ ਸਤਿਕਾਰਯੋਗ ਰਾਜੂਆਣਾ ਸਾਹਿਬ ਅਤੇ ਉਹਨਾਂ ਦੇ ਭੈਣ ਨੂੰ ਮੂਹਰੇ ਕੀਤਾ ਹੈਗਾ, ਪਹਿਲੀ ਗੱਲ ਤਾਂ ਇਹ ਹੈ ਉਹਨਾਂ ਨੇ ਇੱਕ ਬਾਜੀ 'ਤੇ ਸੁੱਟਤਾ। ਬਾਜੀ 'ਤੇ ਜਿਹੜੀ ਚੋਣ ਹੁੰਦੀ ਹੈ ਉਹਦਾ ਨਤੀਜਾ ਕੋਈ ਵੀ 100% ਕਹਿ ਨਹੀਂ ਸਕਦਾ। ਪਿਛਲੀ ਵਾਰੀ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਸਾਡੇ 40 ਤੋਂ ਵੱਧ MLA ਬਣਨਗੇ ਅਤੇ ਸਾਡੀ ਸਰਕਾਰ ਬਣ ਜੂਗੀ, ਉਹ ਆਪ ਹਾਰ ਗਏ, ਉਹਨਾਂ ਦੇ ਪਿਤਾ ਜੀ ਹਾਰ ਗਏ, ਪ੍ਰਧਾਨ ਸਾਹਿਬ ਉਹਨਾਂ ਤੋਂ ਵੱਧ ਵੋਟਾਂ ਲੈ ਕੇ ਚਲੇ ਗਏ। ਬਾਜੀ ਵਿੱਚ ਸੁੱਟਣਾ ਕਿਸੇ ਨੂੰ ਕੋਈ ਪੱਕੀ ਗੱਲ ਨਹੀਂ ਹੈ। ਜੇ ਪੱਕਾ ਅਹੁਦਾ ਦੇਣਾ ਤਾਂ ਪ੍ਰਧਾਨਗੀ ਆਪਣੀ ਛੱਡਣ, ਉਹਨਾਂ ਨੂੰ ਬਣਾਉਣ, ਉੱਥੇ SGPC 'ਚ ਲਾ ਸਕਦੇ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਸੀਂ ਹਵਾਰਾ ਸਾਹਿਬ ਬਣਾਏ ਹੈ, ਇਹਨਾਂ ਨੇ ਉਹਦੀ ਸਪੋਰਟ ਨਹੀਂ ਕੀਤੀ। ਜਿਹੜਾ ਇਹਨਾਂ ਦਾ ਮਕਸਦ ਹੈ ਉਹ ਇਹ ਹੈ ਕਿ ਬਰਗਾੜੀ ਦਾ ਕੇਸ ਸਿਰੇ ਲੱਗੂ ਨਹੀਂ ਲੱਗੂ, ਇਹ ਆਪ ਦੇ ਹੱਥਾਂ 'ਚ ਹੈ। ਕਾਂਗਰਸ 'ਚ ਵੀ ਅਮਰਿੰਦਰ ਅਤੇ ਬਾਦਲ ਦੇ ਸਮਝੌਤੇ ਹੋ ਗਏ ਸੀ, ਔਰ ਹੁਣ ਵੀ ਆਸਾਰ ਬਣ ਰਹੇ ਹੈ ਕਿ ਉਰੇ ਇੱਕ ਪੰਥ ਦਾ ਕੈਂਡੀਡੇਟ ਨਾ ਹੋਣ ਕਰਕੇ ਆਪ ਫਿਰ ਜਿੱਤਣ ਦੇ ਆਸਾਰ ਬਣਾਉਂਦੀ ਹੈ, ਔਰ ਆਪ ਸਿੱਧੀ ਸੁਖਬੀਰ ਸਿੰਘ ਬਾਦਲ ਨਾਲ ਸਮਝੌਤੇ ਕਰਦੀ ਹੈ ਕਿ ਬਰਗਾੜੀ 'ਚ ਅਸੀਂ ਤੈਨੂੰ ਛੱਡਾਂਗੇ, ਔਰ ਦੂਜੇ ਪਾਸੇ ਜਿਹੜੇ ਇਹਦੇ ਮੰਤਰੀ ਹੈਗੇ ਹੈ ਉਹਨਾਂ ਨੂੰ ਆ ਜਿਹੜੇ ਵਿਜੀਲੈਂਸ ਦੇ ਕੇਸ ਪਏ ਹੈ ਸੇਖੋਂ ਅਤੇ ਢਿੱਲੋਂ, ਉਹਨਾਂ ਨੂੰ ਬਚਾਉਣ ਵਾਸਤੇ ਸਮਝੌਤੇ ਅਧੀਨ ਪੰਥ ਦੀ ਵੋਟ ਇਹ ਦੋ ਪਾੜ ਕਰ ਰਹੇ ਹੈ। ਸੋ ਇਹਨਾਂ ਦਾ ਮਕਸਦ ਇਹੀ ਹੈ ਕਿ ਸਾਡੀਆਂ ਕਰਤੂਤਾਂ ਨਾ ਫੜੀਆਂ ਜਾਣ ਅਤੇ ਅਸੀਂ ਆਪ ਦੇ ਨਾਲ ਨੇੜੇ ਹੋ ਜਾਈਏ ਔਰ ਆਪਣੀ ਗੱਲ ਉਹਨਾਂ ਦੇ ਥੱਲੇ ਦਬਾ ਦਈਏ। ਪਰ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਨੇ, ਕਹਿੰਦੇ ਕੱਲ ਜਦੋਂ ਸੁਖਬੀਰ ਸਿੰਘ ਮਾਨ ਦੇ ਨਾਲ ਮੁਲਾਕਾਤ ਹੋਈ ਅਸੀਂ ਉਹਨਾਂ ਨੂੰ ਕਿਹਾ ਇਸ ਵਾਰ ਤੁਸੀਂ ਸਾਡੀ ਮਦਦ ਕਰ ਦਿਓ ਅਤੇ ਅਗਲੀ ਵਾਰ ਅਸੀਂ ਅਗਲੇ ਚੋਣਾਂ ਦੇ ਵਿੱਚ ਤੁਹਾਡੀ ਮਦਦ ਕਰਾਂਗੇ, ਭਾਵੇਂ ਅਸੀਂ ਅਕਾਲੀ ਦਲ ਦਾ ਬੰਦਾ ਨਹੀਂ ਖੜਾ ਕਰਾਂਗੇ, ਅਸੀਂ ਤੁਹਾਡੀ ਸਪੋਰਟ ਕਰਾਂਗੇ, ਇਸ ਤਰ੍ਹਾਂ ਦੀ ਗੱਲਾਂ ਬਾਤਾਂ ਹੋਈਆਂ? ਕੋਈ ਇਹੋ ਜਿਹੀ ਗੱਲ ਜੇ ਕਹੀ ਵੀ ਹੈ, ਸਾਡੇ ਪਾਰਟੀ ਨੇ ਜਿੱਦਣ ਚੋਣ ਖਤਮ ਹੋਈ ਸੀ ਹੋਲੇ ਮਹੱਲੇ 'ਤੇ ਸਪਸ਼ਟ ਸਟੈਂਡ ਲਿੱਤਾ ਸੀ ਕਿ ਅਸੀਂ MP ਚੋਣ ਇੱਥੇ ਲੜਾਂਗੇ, ਅਨਾਊਂਸਮੈਂਟ ਹੋ ਗਈ ਸੀ ਪਿਛਲੇ ਚੋਣਾਂ ਵਿਧਾਨ ਸਭਾ ਦੀਆਂ ਤੋਂ ਬਾਅਦ। ਉਸ ਤੋਂ ਉਪਰੰਤ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਅਸੀਂ ਹਮਾਇਤ ਦਿੱਤੀ ਸੀ ਕਿ ਹਾਂ ਰਿਹਾਈ ਹੋਣੀ ਚਾਹੀਦੀ ਹੈ।
पर जो इत्थे कैंडीडेट है वो आपां अपने कौम ते पंथ वास्ते देखिए, सार सिमरनजीत सिंह मान ने गोल्ड मेडल अपने इतिहास दे पढ़ाई दे विच पंजाब यूनिवर्सिटी तो हासिल किया। आप दी लियाकत अधीन वो IPS च भर्ती हुए, सब तो घट उम्र च उत्थे कानून पढ़िया ते इत्थे आके थाने तो लैके SSP फिरोजपुर फरीदकोट उन्होंने सेवा निभाई, लोगों च विचरे ईमानदारी नाल। जिदण हमला होया हरमिंदर साहब दे उत्ते उदों इस्तीफा दिता कि मैं इहोजी सरकार दा नौकर नहीं बन सकता। 5 साल मैनू पता है, 13 साल की मेरी उम्र सी, 5 साल इंदिरा गांधी दे केस च इन्हां नूं भरतपुर भागलपुर सारे किते इन्हां नूं टॉर्चर किया माड़ा। बंदी सिंह सार सिमरनजीत सिंह मान रह चुके हैं, ना कि आ सत्कारयोग बीबी, जबकि राजोआणा साहब होना दे साडे मन च दर्द है। सार सिमरनजीत सिंह मान बंदी रह के टॉर्चर हंडा चुके हैं, उन्होंने ये नहीं सी पता कि सानू कोई बाहर कढ़े ना कढ़े। मैं इस चीज़ का गवाह है कि जब साडे दादा जी सार जोगिंदर सिंह अकालिया को जाते सी कि साडे मुंडे दे पक्ष च कुछ कर दो, साडे उन्हू कोई टिकट तो खड़ा दो, कभी SGPC की टिकट मंगी सी, प्रकाश सिंह बादल ने कभी नहीं हमायत की, ना टौड़ा साहब ने। संगत के सामने खड़े होकर तरन तारण जी ने उन्होंने सानू बाहर कढ़िया। उस तो उपरंत जिथे जिथे एनकाउंटर झूठे किए गए, सार सिमरनजीत सिंह मान ने उत्थे गवाही की, उत्थे जाके 5-5 रुपए के स्टंप पेपर के उत्ते बयान लिख के दरखास्तां लिख के अनूप सिंह संधू वर्गियां नू लॉ दे सामने पेश करके उन्होंने कार्रवाई की। सार सिमरनजीत सिंह मान ने जद इत्थे बहुत वड्डे जख्म हो रहे सीगे, वो जेल च बैठे सीगे, प्रकाश सिंह बादल ने अपने मूहों कहा सीगा कि बैरक तोड़ के आ जाओ इत्थे आ जाओ, तो वह सारे बंदे कह कह के मरवाए हैं और उदे मगर बिल्कुल नहीं खड़े। सगों उन्होंने जाके सुमेध सैनी वर्गे कातलों नू अपना DGP बनाया, और जेड़े अज साडे शहीद हैं उन्होंने बरखिलाफ इन्ने माड़े ते बयान दिते जो कि दसण योग नहीं, उन्होंने इन्नियां माड़ियां शब्दावलियां वरतियां। जब सरकारां उन्हां दियां सीगियां इत्थे स्टेट च पंजाब च उन्हां दा राज सी, SGPC उन्हां दे हथ च सी, सेंटर च सरकार सीगी, उदों एक भी डक्का नहीं इन्हां ने तोड़िया। मैं खुद एक साडे जिहड़े बंदी सिंह है उन्हां दे पक्ष च जाके अजार आलम कोले उन्हां दे जेल राजस्थान तों पंजाब च तब्दील करन वास्ते मैं उन्हां नूं बेनती कीती सी। छोटे होंदे अजार आलम SSP जद असी फरीदकोट सी, प्रधान साहब दे नाल SP हुंदा सीगा, उन्हें मैनू छोटे होंदे खड़ाया भी सीगा, ते मैं कहा जी आलम साहब इन्हां दी ट्रांसफर वापस पंजाब च कर दो, इन्हां दे परिवार नूं बहुत हैरानगी हुंदी हैगी है। कहता ये काम मुझसे नहीं होगा, मैं जहन्नम जाऊँगा पर ये काम मुझसे नहीं होगा। इन्होंने एहो जे अफसर मूहरे किए हुए सी जिन्हां ने बंदी सिंघां नूं बिल्कुल खत्म करता रगड़ता। तो साध संगत जी मैं थोनू दावे नाल कहना है, जे संगरूर हलका MP सर सिमरनजीत सिंह मान नूं बनाऊगा कानूनदान, कानून दा वाकफ, जिन्हें अपनी जिंदगी अपने पंजाब ते पंथ वास्ते बतीत करती, वह पार्लियामेंट से जाके जिमें पहले गूंजिया उदा ही जाके उन्हें पार्लियामेंट से प्रदर्शनी करनी है, तो अपने हकों पर पैरा करना है। साध संगत जी पंजाब के मुद्दे बहुत हैं, अनेक हैं, साढ़े पानी दिल्ली लुट के लैके जाना चाहता है, आम आदमी पार्टी कितने रोकूगी? आ घग्गर साड़ी नदी के उत्ते कोई बन नहीं लगता है, आए साल हड़ आते हैं, वो भी काम जब MP सर सिमरनजीत सिंह मान सी वो काम शुरू कराया सीगा। साडे जेंट्स अज उरे फसे पए हैं, उन्हों का रेट नहीं मिलता। सर सिमरनजीत सिंह मान वो व्यक्ति हैं जेड़े 1990-91 के कहें बॉर्डर पाकिस्तान नाल खुलने चाहिए हैं, साड़िया जिनसा अफगानिस्तान जानिया चाहिए जिथे सानू रेट पूरा मिले। सो हरेक हक दे उत्ते सर सिमरनजीत सिंह मान पैरा दिंदे हैं, दब के बोलदे हैं। इहो जी आवाज़ संगरूर दी मैं समझदा कोई नहीं पहुँचा सकता जिसने अपनी जिंदगी कुर्बान की होए पंथ दे पक्ष च, संगरूर दे पक्ष च, पंजाब दे पक्ष च।